ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਹੈਗਾ ਜੀ ਦਿਨ ਐਤਵਾਰ, ਅੱਜ ਹੈਗਾ ਜੀ ਮਹੀਨੇ ਦਾ ਬਿਲਕੁਲ ਲਾਸਟ ਦਿਨ 31 ਮਾਰਚ। ਅਤੇ ਅੱਜ ਦਾ ਦਿਨ ਜੀ ਪਤਾ ਨਹੀਂ ਕੁਛ ਇੱਦਾਂ ਠੇਕੇ ਵਗੈਰਾ ਕੁਛ ਟੁੱਟਦੇ ਹੁੰਦੇ ਨੇ, ਮੈਨੂੰ ਜ਼ਿਆਦਾ ਸਮਝ ਨਹੀਂ ਹੈਗੀ ਇਹਦੇ ਬਾਰੇ 'ਚ। ਬਸ ਇੰਨਾ ਪਤਾ ਵੀ ਜਿਹੜੇ ਡਰਿੰਕ ਕਰਨ ਵਾਲੇ ਨੇ ਉਹ ਇਕੱਠੀ ਪੇਟੀਆਂ ਦੀ ਪੇਟੀਆਂ ਲੈ ਕੇ ਰੱਖ ਲੈਂਦੇ ਨੇ। ਅਤੇ ਇੱਧਰ ਜੀ ਆਪਾਂ ਆਪਣਾ ਬਲੌਗ ਸ਼ੁਰੂ ਕਰ ਲਿਆ ਸਵੇਰ ਤੋਂ, ਅਤੇ ਇੱਧਰ ਮੈਂ ਚਾਹ ਚੂਹ ਪੀ ਕੇ ਅਤੇ ਨਾਲ ਦੀ ਨਾਲ ਜੀ ਮੈਂ ਆਪਣੀ ਕੱਟ ਵੱਢ ਸ਼ੁਰੂ ਕਰ ਦਿੰਦੀ ਹੁੰਦੀ ਹਾਂ, ਜਿਹੜੀ ਆਪਾਂ ਸਬਜ਼ੀਆਂ ਵਗੈਰਾ ਕੋਈ ਬਣਾਉਣੀ ਹੁੰਦੀਆਂ ਨੇ। ਅਤੇ ਅੱਜ ਹੀ ਆਪਾਂ ਕਾਫੀ ਸਾਰੀ ਚਟਨੀ ਬਣਾਵਾਂਗੇ, ਹਰੇ ਧਨੀਏ ਦੀ ਅਤੇ ਪੁਦੀਨੇ ਦੀ ਮਿਕਸ। ਪੁਦੀਨਾ ਵੀ ਆਪਣਾ ਤਾਜ਼ਾ ਤਾਜ਼ਾ ਸੀਗਾ ਅਤੇ ਹਰਾ ਧਨੀਆ ਵੀ ਰਾਤੀ ਮੰਡੀਓਂ ਲਿਆਂਦਾ ਸੀਗਾ, ਐਨ ਫਰੈਸ਼ ਫਰੈਸ਼ ਸੀਗਾ। ਅਤੇ ਮੈਂ ਕਿਹਾ ਚਲੋ ਚਟਨੀ ਬਣਾ ਲੈਂਦੇ ਹਾਂ। ਅਤੇ ਚਟਨੀ ਦਾ ਮੈਂ ਸਾਰਾ ਕੁਛ ਰੈਡੀ ਕਰ ਲਿਆ, ਪਿਆਜ਼ ਵਗੈਰਾ, ਹਰੀਆਂ ਮਿਰਚਾਂ ਮੁਰਚਾਂ ਸਾਰੀਆਂ ਵਿੱਚ ਕੱਟ ਕੁੱਟ ਕੇ, ਟਮਾਟਰ ਵਗੈਰਾ, ਅਦਰਕ ਅਤੇ ਲਸਣ ਵਗੈਰਾ ਥੋੜ੍ਹਾ ਜਿਹਾ ਪਾ ਲਿਆ। ਅਤੇ ਹੁਣ ਆਪਾਂ ਜੀ ਚਟਨੀ ਪੀਸ ਕੇ ਰੱਖਾਂਗੇ, ਅਤੇ ਨਾਲ ਹੀ ਮੈਂ ਗੋਭੀ ਗੁੱਭੀ ਵੀ ਕੱਟ ਕੇ ਰੱਖੀ ਹੈ, ਗੋਭੀ ਵਾਲੇ ਪਰੌਂਠੇ ਬਣਾਵਾਂਗੇ। ਅਤੇ ਇੱਧਰ ਆਪਾਂ ਆਲੂ ਉਬਾਲ ਕੇ ਰੱਖੇ ਨੇ, ਅੱਜ ਆਲੂ ਵਾਲੇ ਪਰੌਂਠੇ 15 ਦਿਨਾਂ ਬਾਅਦ ਬਣਨ ਲੱਗੇ ਨੇ ਆਪਣੇ ਘਰ, ਵਿੱਚ ਬਿਮਾਰ ਸੀ ਅਤੇ ਫਿਰ ਨਹੀਂ ਬਣੇ ਸੀਗੇ। ਅਤੇ ਇੱਧਰ ਨਾ ਗੋਭੀ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਾਬ ਜੀ ਆ ਰਹੀ ਹੈ ਵਿੱਚੋਂ ਵਿੱਚੋਂ, ਸਸਤੀ ਤਾਂ ਹੋਈ ਪਈ ਹੈ ਪਰ ਵਿੱਚੋਂ ਵਿੱਚੋਂ ਨਾ ਫਿਰ ਖਰਾਬ ਜੀ ਆ ਰਹੀ ਹੈ। ਲੈ ਆਏ ਸੀ ਅਤੇ ਫਿਰ ਮੈਂ ਕਿਹਾ ਚਲੋ ਹੁਣ ਗੋਭੀ ਵੇਸਟ ਹੀ ਜਾਊਗੀ, ਅਤੇ ਚਲੋ ਪਰੌਂਠੇ ਬਣਾਉਣੇ ਜਿਹੜੀ ਮੈਂ ਸਾਫ਼ ਸਾਫ਼ ਸੀ ਉਹ ਕੱਢ ਲਈ ਹੈ। ਅਤੇ ਮੈਂ ਉਹਨੂੰ ਨਾ ਥੋੜ੍ਹਾ ਜਿਹਾ ਗਰਮ ਪਾਣੀ ਦੇ ਵਿੱਚ ਉਬਾਲਦੀ ਪਈ ਹਾਂ ਲੂਣ ਪਾ ਕੇ, ਅਤੇ ਜੇ ਉਹਦੇ ਵਿੱਚ ਮਾੜੀ ਮੋਟੀ ਕੋਈ ਧੂਲ ਮਿੱਟੀ ਜਾਂ ਕੋਈ ਛੋਟਾ ਮੋਟਾ ਕੀੜਾ ਵਗੈਰਾ ਵੀ ਹੋਊਗਾ ਨਾ, ਗਰਮ ਪਾਣੀ ਨਾਲ ਸਾਰੇ ਬਾਹਰ ਆ ਜਾਣਗੇ। ਅਤੇ ਪਹਿਲਾਂ ਜੀ ਆਪਾਂ ਚਟਨੀ ਪੀਸ ਲਾਂਗੇ, ਅਤੇ ਆਲੂ ਵੀ ਆਪਣੇ ਉਬਲ ਗਏ, ਆਲੂ ਵੀ ਛਿਲ ਕੇ ਰੱਖ ਲਾਂਗੇ। ਆਹ ਦੇਖੋ ਜੀ ਚਟਨੀ ਦਾ ਕਲਰ ਦੇਖੋ ਕਿੰਨਾ ਪਿਆਰਾ ਹੈ। ਅਤੇ ਆਪਾਂ ਵੱਡਾ ਸਾਰਾ ਡੋਂਗਾ ਭਰ ਕੇ ਅੱਜ ਚਟਨੀ ਪੀਸੀ ਹੈ, ਕਿਉਂਕਿ ਹੁਣ ਗਰਮੀਆਂ ਦਾ ਮੌਸਮ ਆ ਗਿਆ ਅਤੇ ਚਟਨੀ ਵਧੀਆ ਲੱਗਦੀ ਹੈ। ਖਾਲੀ ਚਟਨੀ ਨਾਲ ਵੀ ਰੋਟੀ ਖਾ ਲਓ ਨਾ ਤਾਂ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ, ਜੇ ਕੋਈ ਦਾਲ ਸਬਜ਼ੀ ਨਾ ਵੀ ਬਣੀ ਹੋਵੇ ਤਾਂ। ਅਤੇ ਇੱਧਰ ਜੀ ਮੈਂ ਆਲੂ ਵੀ ਛਿਲ ਕੇ ਰੱਖ ਲਏ ਸੀਗੇ ਨਾਲ ਦੀ ਨਾਲ ਹੀ। ਅਤੇ ਆਹ ਦੇਖੋ ਜੀ ਆਪਾਂ ਆਲੂ ਫੇਨ ਵਾਲਾ ਨਾ ਆਹ ਸਟੈਂਡ ਜਿਹਾ ਲਿਆਂਦਾ, ਪਤਾ ਨਹੀਂ ਸਟੈਂਡ ਹੀ ਕਹਿੰਦੇ ਹੋਣਗੇ ਸ਼ਾਇਦ ਇਹਨੂੰ, ਮੈਨੂੰ ਇਹਦਾ ਨਾਂ ਤਾਂ ਨਹੀਂ ਪਤਾ ਹੈਗਾ, ਯੂਵੀ ਦੇ ਪਾਪਾ ਲੈ ਕੇ ਆਏ ਨੇ। ਵਧੀਆ ਮਤਲਬ ਕਿ ਇਹਦੇ ਨਾਲ ਆਲੂ ਨਾ ਵਧੀਆ ਮੈਸ਼ ਹੋ ਰਹੇ ਸੀਗੇ। ਅਤੇ ਇੱਧਰ ਜੀ ਆਲੂ ਵੀ ਮੈਸ਼ ਕਰ ਲਏ ਸੀ ਅਤੇ ਮੈਂ ਗੋਭੀ ਵੀ ਕੱਦੂਕਸ ਕਰ ਲਈ ਹੈ। ਅਤੇ ਆਹ ਜਿਹੜਾ ਬਾਕੀ ਜਿਹੜਾ ਆਪਣਾ ਬਚਿਆ ਹੋਇਆ ਪੁਦੀਨਾ ਸੀ ਉਹਨੂੰ ਆਪਾਂ ਧੋ ਕੇ ਨਾ ਸੁਕਾ ਲਾਂਗੇ, ਫਿਰ ਇਹਦਾ ਮੈਂ ਨਾ ਮਸਾਲਾ ਤਿਆਰ ਕਰਾਂਗੀ, ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ। ਰਾਇਤੇ ਵਾਸਤੇ ਨਾ ਮਸਾਲਾ ਆਪਾਂ ਤਿਆਰ ਕਰਾਂਗੇ ਇਹਦਾ। ਅਤੇ ਲਓ ਜੀ ਹੁਣ ਮੈਂ ਨਾ ਨਹਾ ਨੂ ਕੇ ਆ ਗਈ ਸੀਗੀ ਅਤੇ ਆਪਣਾ ਸਾਰਾ ਕੰਮ ਨਿਬੜ ਚੁੱਕਿਆ। ਅਤੇ ਇੱਧਰ ਨਾ ਮੈਂ ਥੋੜ੍ਹਾ ਜਿਹਾ ਝਾੜੂ ਕੱਢਦੀ ਵੀ, ਸਫਾਈ ਵੈਸੇ ਮੈਂ ਪਹਿਲਾਂ ਸਵੇਰੇ ਕਰ ਚੁੱਕੀ ਹਾਂ ਇੱਕ ਵਾਰੀ, ਅਤੇ ਅੱਜ ਕੱਲ੍ਹ ਨਾ ਹਵਾ ਇੱਦਾਂ ਹੀ ਚੱਲਦੀ ਹੈ, ਮਿੱਟੀ ਮਿੱਟੀ ਜੀ ਉੱਡਦੀ ਰਹਿੰਦੀ ਹੈ। ਅਤੇ ਆਪਣਾ ਨਾ ਸਾਰਾ ਹੀ ਘਰ ਇੱਧਰ ਬਾਹਰੋਂ ਖੁੱਲ੍ਹਾ ਖੁੱਲ੍ਹਾ ਜਾਈਏ, ਬਾਰੀਆਂ ਬੂਰੀਆਂ ਨੇ ਅਤੇ ਮਿੱਟੀ ਕਾਫੀ ਜ਼ਿਆਦਾ ਆ ਜਾਂਦੀ ਹੈ, ਅਤੇ ਫਿਰ ਮੈਂ ਤਾਂ ਕਰਕੇ ਦੁਬਾਰਾ ਝਾੜੂ ਲਾ ਰਹੀ ਸੀਗੀ। ਅਤੇ ਇੱਧਰ ਜੀ ਮੈਂ ਆਲੂ ਵਾਲੀ ਆਲੂਆਂ ਦੇ ਵਿੱਚ ਲੂਣ ਮਿਰਚ ਪਿਆਜ਼ ਵਗੈਰਾ ਪਾ ਕੇ ਨਾ ਪਿੱਠੀ ਤਿਆਰ ਕਰ ਲਈ ਹੈ। ਅਤੇ ਇੱਧਰ ਆਪਾਂ ਗੋਭੀ ਦੇ ਵਿੱਚ ਵੀ ਲੂਣ ਮਿਰਚ ਮਿਕਸ ਕਰ ਲਾਂਗੇ, ਪਿਆਜ਼ ਵਗੈਰਾ, ਅਦਰਕ, ਹਰੀ ਮਿਰਚ, ਇਹਦੇ ਵਿੱਚ ਵੀ ਆਪਾਂ ਸੇਮ ਸੇਮ ਮਸਾਲੇ ਹੀ ਪਾਏ ਨੇ। ਅਤੇ ਆ ਇੱਧਰ ਜੀ ਕੜੀ ਸੀਗੀ, ਯੂਵੀ ਦੇ ਪਾਪਾ ਨਾ ਸਿੰਪਲ ਨਹੀਂ ਖਾਂਦੇ ਹੈਗੇ,
ਇਹਨਾਂ ਨੂੰ ਭਾਵੇਂ ਗੋਭੀ ਵਾਲੇ ਪਰੌਂਠੇ ਦੇ ਰਹੋ, ਭਾਵੇਂ ਆਲੂ ਵਾਲੇ, ਕਿਸੇ ਵੀ ਚੀਜ਼ ਦੇ ਭਰਵੇਂ ਪਰੌਂਠੇ ਦੇ ਰਹੋ, ਉਹਨਾਂ ਨੂੰ ਦਾਲ ਸਬਜ਼ੀ ਨਾਲ ਚਾਹੀਦੀ ਹੁੰਦੀ ਹੈ। ਅਤੇ ਕੜੀ ਪਈ ਹੋਈ ਸੀਗੀ, ਅਤੇ ਫਿਰ ਮੈਂ ਕਿਹਾ ਚਲੋ ਕੜੀ ਦੇ ਦਿੰਦੀ ਹਾਂ ਗਰਮ ਕਰਕੇ ਨਾਲ। ਅਤੇ ਆਹ ਹੈਗੀ ਹੈ ਯੁਵਰਾਜ ਦੀ ਪਲੇਟ, ਮੱਖਣ ਅਤੇ ਨਾਲ ਚਟਨੀ ਤਾਜ਼ੀ ਹਰੇ ਧਨੀਏ ਦੀ ਅਤੇ ਪੁਦੀਨੇ ਦੀ। ਅਤੇ ਮੈਂ ਤਾਂ ਜੀ ਆਪਣੇ ਗੋਭੀ ਵਾਲੇ ਪਰੌਂਠੇ ਖਾਵਾਂਗੀ। ਲਓ ਜੀ ਮੈਂ ਫਟਾਫਟ ਸਾਰਿਆਂ ਨੂੰ ਖਵਾ ਦਾਂਗੀ। ਅਤੇ ਹੁਣ ਜੀ ਸਾਰਿਆਂ ਨੇ ਰੋਟੀ ਖਾ ਲਈ ਹੈ, ਅਤੇ ਮੈਂ ਆਪਣੇ 3 ਗੋਭੀ ਵਾਲੇ ਪਰੌਂਠੇ ਬਣਾ ਲਏ ਹੈ। ਅਤੇ ਮੈਂ ਕੁਛ ਵੀ ਨਹੀਂ ਲੈਣਾ ਨਾਲ, ਸਿਰਫ ਚਟਨੀ ਲੈਣੀ ਹੈ, ਨਾ ਕੋਈ ਮੱਖਣ, ਨਾ ਕੋਈ ਘਿਓ ਵਗੈਰਾ, ਦਹੀਂ ਵਗੈਰਾ ਕੁਛ ਨਹੀਂ ਲਿੱਤਾ, ਸਿਰਫ ਚਟਨੀ ਨਾਲ ਹੀ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗ ਰਿਹਾ ਸੀ। ਚਲੋ ਜੀ ਮੈਂ ਵੀ ਹੁਣ ਆਪਣਾ ਰੋਟੀ ਖਾ ਕੇ ਨਾ ਕੋਠੇ 'ਤੇ ਆ ਗਈ ਹਾਂ। ਆ ਕੁਛ ਨਾ ਮੰਦਰ ਦੇ ਕੱਪੜੇ ਸੀ ਜਿਹੜੇ ਗਰਮ ਆਪਾਂ ਸਰਦੀਆਂ 'ਚ ਡਾਏ ਸੀਗੇ ਪਹਿਲਾਂ, ਅਤੇ ਕਾਫੀ ਦਿਨ ਦੇ ਨਾ ਕੱਪੜੇ ਚੇਂਜ ਕਰਤੇ ਸੀ, ਹੁਣ ਮੈਂ ਗਰਮੀਆਂ ਵਾਲੇ ਡਾਤੇ ਆ, ਅਤੇ ਧੋਣ ਵਾਲੇ ਪਏ ਸੀ, ਧੋਤੇ ਨਹੀਂ ਸੀ ਇੰਨੇ ਦਿਨ ਤੋਂ ਮੈਂ। ਮੈਂ ਕਿਹਾ ਚੱਲ ਕੋਠੇ 'ਤੇ ਜਾ ਕੇ ਧੋ ਦਿੰਦੀ ਹਾਂ, ਇਹ ਹੱਥ ਨਾਲ ਹੀ ਧੋਣੇ ਸੀ, ਫਿਰ ਮੈਂ ਤਾਂ ਕੋਠੇ 'ਤੇ ਲਿਆਈ ਹਾਂ। ਮੈਂ ਕਿਹਾ ਕੋਠੇ 'ਤੇ ਧੋ ਦਾਂਗੀ ਤਾਂ ਕੋਠੇ 'ਤੇ ਫਿਰ ਸੁੱਕਣੇ ਵੀ ਪਾ ਦਾਂਗੀ, ਨਹੀਂ ਤਾਂ ਥੱਲੇ ਨਾ ਪਾਣੀ ਜਿਹਾ ਚੋਂਦਾ ਰਹਿਣਾ ਕੱਪੜਿਆਂ ਦੇ ਵਿੱਚੋਂ। ਇੱਧਰ ਧੁੱਪ ਬਹੁਤ ਜ਼ਿਆਦਾ ਤੇਜ਼ ਲੱਗਦੀ ਪਈ ਹੈ, ਅਤੇ ਮੈਂ ਫਟਾਫਟ ਧੋ ਕੇ ਬਸ ਹੁਣ ਪਰੇ ਹਟਾਂ। ਹਵਾ ਚੱਲਦੀ ਪਈ, ਉਹ ਵੀ ਗਰਮ ਲੱਗਦੀ ਪਈ ਹੈ ਹਵਾ ਵੀ। ਅਤੇ ਆ ਜੀ ਥੱਲੇ ਡਾਣ ਵਾਲਾ ਕੱਪੜਾ ਸੀ ਮੰਦਰ ਦਾ, ਇਹ ਹੱਥ ਨਾਲ ਮੇਰੇ ਕੋਲੋਂ ਸਾਫ਼ ਨਹੀਂ ਹੋ ਰਿਹਾ ਸੀ, ਉੱਨ ਦਾ ਸੀਗਾ, ਅਤੇ ਮੈਂ ਕਿਹਾ ਚਲੋ ਇਹਦਾ ਦੇਸੀ ਜੁਗਾੜ ਹੀ ਲਾਉਂਦੇ ਹਾਂ ਆਪਾਂ, ਜਿਹੜੇ ਜਿੱਦਾਂ ਪਹਿਲਾਂ ਲੇਡੀਜ਼ ਪੈਰਾਂ ਨਾਲ ਹੀ ਇੱਦਾਂ ਕੰਬਲ ਵਗੈਰਾ ਧੋ ਲੈਂਦੇ ਸੀ, ਅੱਜ ਕੱਲ੍ਹ ਵੀ ਕਈ ਧੋਂਦੇ ਆ ਜਿੱਦਾਂ ਮਸ਼ੀਨ ਦੇ ਵਿੱਚ ਨਹੀਂ ਧੋਂਦੇ। ਅਤੇ ਮੈਂ ਕਿਹਾ ਨਾਲੇ ਥੋੜ੍ਹੀ ਜਿਹੀ ਆਪਣੀ ਵਰਜਿਸ਼ ਵੀ ਹੋ ਜਾਏਗੀ ਲੱਤਾਂ ਦੀ। ਲਓ ਜੀ ਮੈਂ ਧੋ ਕੇ ਨਾ ਫਟਾਫਟ ਕੱਪੜੇ ਤਾਰ 'ਤੇ ਪਾ ਤੇ ਹੈ, ਅਤੇ ਸੁੱਕਦੇ ਰਹਿਣਗੇ, ਫਿਰ ਮੈਂ ਹੁਣ ਚੱਲੀ ਹਾਂ ਨੀਚੇ। ਅਤੇ ਉਹ ਇੱਕ ਕੱਪੜਾ ਹਲੇ ਮੈਂ ਉੱਨ ਵਾਲਾ ਨਾ ਉਹ ਪੀੜੀ ਦੇ ਉੱਤੇ ਰੱਖਿਆ, ਉਹਦਾ ਪਾਣੀ ਨਿਚੜ ਜੂਗਾ, ਫਿਰ ਉਹਨੂੰ ਵੀ ਤਾਰ 'ਤੇ ਸੁੱਕਣੇ ਪਾ ਦਾਂਗੀ। ਅਤੇ ਇੱਧਰ ਨਾਲ ਨਾ ਮੈਂ ਪੁਦੀਨਾ ਵੀ ਉੱਤੇ ਕੋਠੇ 'ਤੇ ਇੱਕ ਕੱਪੜੇ ਦੇ ਵਿੱਚ ਬੰਨ੍ਹ ਕੇ ਨਾ ਤਾਰ ਦੇ ਉੱਤੇ ਹੀ ਬੰਨ੍ਹ ਦਿੱਤਾ ਕੱਪੜਾ ਮੈਂ, ਇੱਧਰ ਸਿੱਧੀ ਧੁੱਪ ਪੈ ਰਹੀ ਹੈ। ਅਤੇ ਹੁਣ ਜੀ ਹੈਗਾ ਸ਼ਾਮ ਦਾ ਟਾਈਮ, ਅਤੇ ਇੱਧਰ ਵੀ ਮੈਂ ਸ਼ਾਮ ਦੀ ਸਬਜ਼ੀ ਬਣਾ ਰਹੀ ਸੀ ਰਾਤ ਵਾਸਤੇ। ਅਤੇ ਇੱਧਰ ਭਾਂਡੇ ਭੁੰਡੇ ਵੀ ਮਾਂਜ ਕੇ ਰੱਖ ਲਏ ਸੀਗੇ, ਅਤੇ ਬਸ ਸਬਜ਼ੀ ਬਣੂਗੀ ਨਾਲ ਫੁਲਕੇ ਬਣਾ ਲਵਾਂਗੀ।